गोविंद 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 संग नाम देव मन लीना आड दाम को छी परो ओ लखीना आड दाम को छी परो ओ लखीना नाम देव मन लीना आड दाम को छीप रो ओ लखीना आड दाम को छीप रो ओ लखीना तन ना त्याग के प्रीत चरण कबीरा बुनना तन ना त्याग के प्रीत चरण कबीरा नीच कुला जुनाहरा गहीरा नीच कुला जुलाहरा तेरो गुनी गहीरा गोविंद 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 संग नाम देव मन लीना दाम को छीरो ओ लखीना आड दाम को छीरो ओ लखीना रविदास टवंता टोर नीत तिन त्यागी माया रविदास टवंता टोर नीत तिन त्यागी माया प्रगट हो संग हर दर्शन पाया प्रगट हो साज संग हर दर्शन पाया गोविंद 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 संग नाम देव मन लीना आड दाम को छीप रो ओ लखीना आड दाम को
ਕਾਰੀਆਂ ਉਹ ਕਰ ਕਰ ਸੁਨਿਆ ਸੈਨ ਨਾਈ ਬੁੱਤ ਕਾਰੀਆਂ ਉਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆਡ ਦਾਮ ਕੋ ਛੀਪ ਲੋ ਓ ਮਕੀਨਾ ਆਡ ਦਾਮ ਕੋ ਛੀਪ ਲੋ ਓ ਮਕੀਨਾ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ ਏ ਦਿਲ ਸੁਣ ਕੇ ਜਾਟ ਲੋ ਉੱਠ ਭਗਤੀ ਲਾਗਾ ਮਿਲੇ ਪਰ ਤੱਕ ਗੁਸਾਈਆਂ ਵੱਡ ਭਾਗਾ ਮਿਲੇ ਪਰ ਤੱਕ ਗੁਸਾਈਆਂ ਤੰਨਾ ਵੱਡ ਭਾਗਾ ਗੋਬਿੰਦ 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 ਸੰਗ ਨਾਮ ਦੇਓ ਮਨ ਲੀਨਾ ਦਾਮ ਕੋ ਛੀਪ ਰੋ ਓ ਲਖੀਨਾ ਆਡ ਦਾਮ ਕੋ ਛੀਪ ਰੋ ਓ ਲਖੀਨਾ ਗੋਬਿੰਦ 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 ਸੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਬਚਨ ਇਸ ਸ਼ਬਦ ਨੂੰ ਵਾਚਦਿਆਂ ਸਮਝਦਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਕਿ ਕੀ ਗੁਰੂ ਸਾਹਿਬ ਜ਼ਾਤ ਪਾਤ ਮੰਨਦੇ ਸੀ ਕਿਉਂਕਿ ਜਿਨ੍ਹਾਂ ਮਹਾਨ ਪੁਰਸ਼ਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਦਾ ਜਿਹੜੀਆਂ ਜ਼ਾਤਾਂ ਦੇ ਨਾਲ ਸੰਬੰਧ ਸੀ ਉਹਨਾਂ ਦਾ ਨਾਂ ਲਿਆ ਗਿਆ ਦਰਅਸਲ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਜ਼ਾਤ ਪਾਤ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਆਦਿ ਤੋਂ ਲੈ ਕੇ ਅੰਤ ਤੱਕ ਜਿੰਨੀ ਵੀ ਬਾਣੀ ਹੈ ਜ਼ਾਤ ਪਾਤ ਨੂੰ ਨਹੀਂ ਮੰਨਦੀ ਧਿਆਨ ਰੱਖਣਾ ਇਸ ਗੱਲ ਦਾ ਇੱਥੇ ਇਸ ਕਰਕੇ ਕਿਹਾ ਗਿਆ ਇੱਕ ਹਿੰਦੁਸਤਾਨ ਦਾ ਬੜਾ ਵੱਡਾ ਰਿਸ਼ੀ ਹੋਇਆ
ਆਪਨੂੰ ਜ਼ਿਆਦਾ ਪਤਾ ਹੋਏਗਾ। ਮਨੂ ਨਾਂ ਦਾ ਇੱਕ ਬਹੁਤ ਵੱਡਾ ਰਿਸ਼ੀ ਹੋਇਆ ਜਿਸ ਦੀ ਹਿੰਦੁਸਤਾਨ 'ਚ ਅੱਜ ਵੀ ਪੂਜਾ ਹੁੰਦੀ ਹੈ। ਉਸਨੇ ਵਰਨ ਵੰਡ ਕੀਤੀ। ਉਸਨੇ ਐਸਾ ਬੀਜ ਬੀਜਿਆ ਵਰਨ ਵੰਡ ਦਾ ਜਿਹੜਾ ਅੱਜ ਤੱਕ ਮੁੱਕਿਆ ਨਹੀਂ ਔਰ ਪ੍ਰਫੁੱਲਿਤ ਹੋ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸਦਾ ਖੰਡਨ ਕਰਦੀ ਹੈ। ਇੱਥੇ ਜਿਹੜਾ ਉਹਨਾਂ ਦਾ ਕੁੱਲ ਦਾ ਨਾਂ ਲਿਆ ਗਿਆ ਉਹ ਇਸ ਕਰਕੇ ਲਿਆ ਗਿਆ ਕਿ ਜਿਹਨਾਂ ਨੂੰ ਤੁਸੀਂ ਨਫ਼ਰਤ ਕਰਦੇ ਸੀ, ਜਿਹਨਾਂ ਨੂੰ ਤੁਸੀਂ ਛੋਟੀ ਜ਼ਾਤ ਦੇ ਆਖਦੇ ਸੀ, ਛੋਟੀ ਕਿਰਤ ਕਰਨ ਵਾਲਿਆਂ ਨੂੰ ਤੁਸੀਂ ਨਫ਼ਰਤ ਕਰਦੇ ਸੀ, ਅੱਜ ਉਹ ਹੀ ਜਿਉਂਦਾ ਹਨ, ਅੱਜ ਉਹ ਹੀ ਮਹਾਨ ਹਨ, ਅੱਜ ਉਹ ਹੀ ਪੂਜਣ ਯੋਗ ਹਨ, ਅੱਜ ਉਹ ਹੀ ਸਤਿਕਾਰਨ ਯੋਗ ਹਨ। ਕਹਿੰਦੇ ਨਾਮਦੇਵ ਜਿਸਦਾ ਕੌਡੀ ਮੁੱਲ ਨਹੀਂ ਸੀ ਲੋਕਾਂ ਦੀ ਨਜ਼ਰ ਵਿੱਚ, ਕੌਡੀ ਮੁੱਲ ਨਹੀਂ ਸੀ। ਆਟ ਦਾਮ ਕੋ ਚੀਪਰੋ, ਆਟ ਕਹਿੰਦੇ ਹਨ ਕੌਡੀ ਨੂੰ, ਕੌਡੀ ਮੁੱਲ ਨਹੀਂ ਸੀ ਜਿਸਦਾ, ਅਤੇ ਕਹਿੰਦੇ ਸੀਗੇ ਚੀਂਬਾ ਛੋਟੀ ਜਾਤ ਸੀ। ਭਾਈ ਉਹ ਲਖੀਣਾ ਜਦੋਂ ਰੱਬ ਦੀ ਬੰਦਗੀ ਕੀਤੀ ਉਹ ਲੱਖਾਂ ਦਾ ਹੋ ਗਿਆ। ਉਸਦੀ ਕੀਮਤ ਪੈ ਗਈ, ਜੁਗੋ ਜੁਗ ਅਟਲ ਹੋ ਗਿਆ। ਅੱਜ ਵੀ ਨਾਮਦੇਵ ਜੀ ਨੂੰ ਸੰਸਾਰ ਨਮਸਕਾਰ ਕਰਦਾ ਹੈ, ਪੂਜਦਾ ਹੈ। ਤੋ ਜਿਹੜੀ ਇਸ ਸ਼ਬਦ ਦੀ ਵਿਸ਼ੇਸ਼ਤਾ ਹੈ ਉਹ ਸਤਿਗੁਰਾਂ ਨੇ ਇਹ ਦੱਸੀ ਹੈ ਕਿ ਕਿਰਤ ਬੜੀ ਛੋਟੀ ਹੈ ਪਰ ਕਿਰਦਾਰ ਬਹੁਤ ਵੱਡਾ ਹੈ। ਜਿਹੜੀ ਮਹਾਨਤਾ ਹੈ ਉਹ ਕਿਰਦਾਰ ਦੀ ਹੈ, ਕਿਰਤ ਤਾਂ ਗੁਜ਼ਰਾਨ ਦਾ ਸਾਧਨ ਹੈ, ਕਿਰਤ ਗੁਜ਼ਰਾਨ ਦਾ ਸਾਧਨ ਹੈ। ਕਿਰਤ ਵਿੱਚੋਂ ਕਰਮ ਫੁੱਟਦਾ ਹੈ, ਕਰਮ 'ਚੋਂ ਕਿਰਦਾਰ ਉੱਠਦਾ ਹੈ। ਮਹਾਨਤਾ ਕਿਰਦਾਰ ਦੀ ਹੈ ਔਰ ਜਿਸਦਾ ਕਿਰਦਾਰ ਵੱਡਾ ਹੈ ਉਹੀ ਪੂਜਣ ਯੋਗ ਹੈ। ਬਾਣੀ ਦਾ ਇੱਕ ਪਵਿੱਤਰ ਬਚਨ ਹੈ, ਜਿਨੀ ਆਤਮ ਚੀਨਿਆ, ਜਿਸਨੇ ਆਪਣੀ ਆਤਮਾ ਦੀ ਖੋਜ ਕਰ ਲਈ, ਪਰਮਾਤਮਾ ਸੋਹੀ, ਉਹ ਆਤਮਾ ਪਰਮਾਤਮਾ ਹੋ ਗਈ। ਜਿਨ੍ਹਾਂ ਨੇ ਆਪਣੀ ਆਤਮਾ ਦੀ ਪਹਿਚਾਣ ਕਰ ਲਈ ਉਹ ਆਤਮਾਵਾਂ ਪਰਮਾਤਮਾ ਹੋ ਗਈਆਂ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਆਤਮਾ ਵੱਡੀਆਂ ਹੋ ਗਈਆਂ, ਜਿਵੇਂ ਨਦੀਆਂ ਨਾਲੀਆਂ ਜਦੋਂ ਸਮੁੰਦਰ ਵਿੱਚ ਪੈ ਜਾਂਦੇ ਹਨ ਸਮੁੰਦਰ ਰੂਪ ਹੋ ਜਾਂਦੇ, ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਉਹ ਆਤਮਾ ਇਤਨੀਆਂ ਮਹਾਨ ਸਨ, ਸਤਿਗੁਰੂ ਉਹਨਾਂ ਦਾ ਜ਼ਿਕਰ ਕਰਦੇ ਹਨ। ਇੱਕ ਗੱਲ, ਦੂਸਰੀ ਗੱਲ, ਭਗਤ ਧੰਨਾ ਜੀ ਦੇ ਨਾਲ ਇੱਕ ਸਾਖੀ ਜੋੜੀ ਗਈ ਕਿ ਧੰਨਾ ਜੀ ਨੇ ਪੱਥਰ ਪੂਜਿਆ, ਪੱਥਰ ਦੀ ਬੰਦਗੀ ਕਰਦਿਆਂ ਕਰਦਿਆਂ ਉਹਨਾਂ ਨੇ ਉਹਦੇ ਵਿੱਚ ਪੱਥਰ 'ਚੋਂ ਰੱਬ ਨਿਕਲਿਆ, ਪਰ ਐਸਾ ਨਹੀਂ ਹੈ। ਦਰਅਸਲ ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਕਿਉਂਕਿ ਬ੍ਰਾਹਮਣ ਨਹੀਂ ਸੀ ਮੰਨਦਾ ਇਸ ਗੱਲ ਨੂੰ ਕਿ ਬ੍ਰਾਹਮਣ ਤੋਂ ਬਿਨਾਂ ਕੋਈ ਦੂਸਰਾ ਬੰਦਗੀ ਕਰ ਸਕੇ, ਔਰ ਜਦੋਂ ਵੀ ਕਿਸੇ ਆਤਮਾ ਨੂੰ ਉਹ ਸੁਣਦਾ ਸੀ ਕਿ ਮਹਾਨ ਆਤਮਾ ਹੈ, ਉਸ ਉਹ ਪੂਜਣ ਯੋਗ ਹੋ ਗਈ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪੱਥਰ ਪੂਜ ਬਣਾ ਦਿੰਦਾ ਸੀ। ਕੋਈ ਨਾ ਕੋਈ ਕਹਾਣੀ ਐਸੀ ਜੋੜ ਦੇਣੀ ਕਿ ਉਸਨੇ, ਕਿਉਂਕਿ ਖੁਦ ਪੱਥਰ ਪੂਜਦਾ ਸੀ, ਬੁੱਤਪ੍ਰਸਤ ਸੀ, ਇਸ ਕਰਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਐਸੀ ਕਹਾਣੀ ਜੋੜਨੀ, ਇਹ ਸਿੱਧ ਕਰ ਦੇਣਾ ਕਿ ਇਹ ਹੱਕ ਸਿਰਫ ਬ੍ਰਾਹਮਣ ਨੂੰ ਹੈ, ਹੋਰ ਕਿਸੇ ਨੂੰ ਬੁੱਤਪ੍ਰਸਤ ਨੂੰ ਹੈ, ਬੁੱਤਪ੍ਰਸਤੀ ਦੇ ਵਿੱਚ ਰੱਬ ਹੈ ਨਹੀਂ, ਰੱਬ ਇੱਥੇ ਹਿਰਦੇ 'ਚ ਵੱਸਦਾ ਹੈ। ਇਸ ਹੱਡ ਮਾਸ ਦੇ ਅੰਦਰ ਪਰਮਾਤਮਾ ਨੇ ਆਤਮਾ ਰੱਖੀ ਹੈ, ਜਿੱਥੇ ਆਤਮਾ ਹੈ ਉੱਥੇ ਪਰਮਾਤਮਾ ਰਹਿੰਦਾ ਹੈ। ਬਚਨ ਹੈ ਨਾ ਜੀ, ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਸੁਣਿਆ ਉਸਨੇ ਕਿ ਫਲਾਨਾ ਵੀ ਬਹੁਤ ਵੱਡਾ ਮਹਾਂਪੁਰਸ਼ ਹੋ ਗਿਆ, ਉਹ ਵੀ ਬਹੁਤ ਵੱਡਾ ਮਹਾਂਪੁਰਸ਼ ਹੋ ਗਿਆ, ਅੰਦਰ ਚਾਅ ਪੈਦਾ ਹੋਇਆ ਜੱਟ ਦੇ, ਕਿਸਾਨ ਦੇ, ਕਿਸਾਨੀ ਕਰਨ ਵਾਲੇ ਦੇ, ਸਧਾਰਨ ਦੇ, ਬੜਾ ਜੀਵਨ ਸਧਾਰਨ ਹੈ, ਕਿਸਾਨੀ ਕਰਦਾ ਹੈ, ਅੰਦਰ ਚਾਅ ਪੈਦਾ ਹੋਇਆ ਕਿ ਮੈਂ ਵੀ ਉਹ ਬੰਦਗੀ ਕਰਾਂ ਜਿਸ ਬੰਦਗੀ ਦੇ ਨਾਲ ਉਹ ਮਹਾਨ ਹੋਏ ਹਨ।
ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਭਗਤੀ ਕਰਕੇ। ਬੁੱਤ ਪੂਜ ਕੇ ਨਹੀਂ, ਪੱਥਰ ਪੂਜ ਕੇ ਨਹੀਂ, ਮਿਲੇ ਪ੍ਰਤੱਖ ਗੁਸਾਈਆਂ। ਧੰਨਾ ਵੱਡ ਭਾਗਾ, ਵੱਡਿਆਂ ਭਾਗਾਂ ਵਾਲਾ ਹੋ ਗਿਆ ਧੰਨਾ। ਇਸ ਕਰਕੇ ਧਿਆਨ ਰੱਖਣਾ, ਜਿਹਨਾਂ ਮਹਾਨ ਪੁਰਸ਼ਾਂ ਨੂੰ ਅਸੀਂ ਪੂਜਦੇ ਹਾਂ ਉਹ ਬੁੱਤ ਪ੍ਰਸਤ ਨਹੀਂ ਹਨ, ਉਹ ਈਸ਼ਵਰ ਪ੍ਰਸਤ ਹਨ, ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹਨ। ਉਹਨਾਂ ਦਾ ਕਿਰਦਾਰ ਬਹੁਤ ਵੱਡਾ ਹੈ, ਇਸ ਕਰਕੇ ਮਹਾਨ ਪੁਰਸ਼ ਹਨ, ਸਧਾਰਨ ਪੁਰਸ਼ਾਂ ਤੋਂ ਉੱਪਰ। ਮਿਲ ਕੇ ਗਾਈਏ ਜੀ। ਏ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਏ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਵੱਡ ਭਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੱਡ ਭਾਗਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਦਾਮ ਕੋ ਛੀਪ ਰੋ ਲਖੀਨਾ, ਆਡ ਦਾਮ ਕੋ ਛੀਪ ਰੋ ਲਖੀਨਾ। ਗੋਬਿੰਦ 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 ਸੰਗ ਛੀਪਰੋ ਓ ਲਖੀਨਾ, ਆਡ ਦਾਮ ਕੋ ਛੀਪਰੋ ਓ ਲਖੀਨਾ, ਆਡ ਦਾਮ ਕੋ ਛੀਪਰੋ ਸੰਗ ਨਾਮ ਦਿਓ ਮਨ ਲੀਨਾ, ਆਜ ਦਾਮ ਜੀਪ ਰੋ ਲਖੀਨਾ।